ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਆਪਣੇ ਚੈਨਲ ਫਸਟ ਚੁਆਇਸ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵੀ ਵਿਊਅਰਸ ਨਵੇਂ ਜੁੜਦੇ ਨੇ ਉਹ ਆਪਣੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅਤੇ ਆਪਣੀ ਵੀਡੀਓ ਦੀ ਟਾਈਮਿੰਗ ਹੈਗੀ ਹੈ ਜੀ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ। ਜਿਹੜਾ ਸਕਰੀਨ 'ਤੇ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ। ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ੋਟ ਲੈ ਕੇ ਇਸ ਨੰਬਰ 'ਤੇ ਵਟਸਐਪ ਕਰਨਾ, ਫਿਰ ਤੁਹਾਨੂੰ ਅਸੀਂ ਇੱਕ ਨੰਬਰ ਦੇਵਾਂਗੇ, ਤੁਸੀਂ ਉੱਥੇ ਔਨਲਾਈਨ ਪੇਮੈਂਟ ਪਾਉਣੀ ਆ, ਐਡਰੈਸ ਭੇਜਣਾ ਅਤੇ ਸੂਟ ਤੁਹਾਡੇ ਘਰ ਪਹੁੰਚ ਜੂਗਾ, ਚਾਹੇ ਤੁਸੀਂ ਪਿੰਡ 'ਚ ਰਹਿੰਦੇ ਹੋ ਚਾਹੇ ਸ਼ਹਿਰ 'ਚ ਰਹਿੰਦੇ ਹੋ। ਪਹਿਲੀ ਗੱਲ ਤਾਂ ਇਹ ਕਿ ਕੱਲ੍ਹ ਵੀਡੀਓ ਨਹੀਂ ਆ ਸਕੀ ਕਿਉਂਕਿ ਤਬੀਅਤ ਠੀਕ ਨਹੀਂ ਸੀ ਅਤੇ ਅੱਜ ਵੀ ਜ਼ਿਆਦਾ ਠੀਕ ਨਹੀਂ ਆ, ਪਰ ਕਈ ਭੈਣਾਂ ਨਾ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਜਿਹੜੀਆਂ ਅਡਿਕਟ ਹੋ ਚੁੱਕੀਆਂ ਨੇ ਵੀਡੀਓ ਦੀਆਂ। ਇੱਕ ਭੈਣ ਨੇ ਕਹਿੰਦੇ ਮੈਂ ਰੋਟੀ ਖਾਣੀ ਭੁੱਲ ਸਕਦੀ ਹਾਂ, ਵੀਡੀਓ ਦੇਖਣੀ ਨਹੀਂ ਭੁੱਲਦੀ, ਹੈ ਨਾ, ਕਈ ਵਾਰੀ ਅਡਿਕਸ਼ਨ ਹੋ ਜਾਂਦੀ ਹੈ ਜਿਹੜੀ ਚੀਜ਼ ਆਪਾਂ ਡੇਲੀ ਦੇਖਦੇ ਹੋਈਏ। ਸੋ ਤੁਹਾਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਆਪਾਂ ਵੀਡੀਓ ਜਿਹੜੀ ਉਹ ਬਣਾ ਰਹੇ ਹਾਂ। ਅਤੇ ਦੂਜੀ, ਜਿਹੜੇ ਵੀ ਸੂਟ ਤੁਸੀਂ ਮੰਗਾਓਗੇ ਸ਼ਿਪਿੰਗ ਫ੍ਰੀ ਹੋਣਗੇ, ਸ਼ਿਪਿੰਗ ਹੈ ਜਿਹੜੀ ਉਹ ਪਹਿਲਾਂ ਹੀ ਵਿੱਚ ਐਡ ਹੋਊਗੀ, ਠੀਕ ਹੈ ਜੀ। ਅਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਦੁਪੱਟਿਆਂ ਵਾਲੇ ਪ੍ਰਿੰਟਡ ਸੂਟ ਬਿਲਕੁਲ ਪਿਓਰ ਕੋਟਨ ਦੇ, ਅਤੇ ਨਾਲ ਲੈ ਕੇ ਆਏ ਹਾਂ ਵਰਕ ਵਾਲੇ ਸੂਟ ਐਸ ਕੇ ਕੋਟਨ ਦੇ ਅਤੇ ਰਾਮ ਟੈਕਸ ਦੇ, ਠੀਕ ਹੈ ਜੀ। ਉਹਨਾਂ ਦੇ ਉੱਪਰ ਹੀ ਵਰਕ ਕਰਾ ਰਹੇ ਹਾਂ ਆਪਾਂ, ਫਾਈਨ ਦੇ ਸਟੱਫ ਦੇ ਉੱਪਰ ਵਰਕ ਕਰਾ ਰਹੇ ਹਾਂ, ਠੀਕ ਹੈ ਜੀ। ਲਓ ਜੀ, ਪਹਿਲਾਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਸੂਟ ਆਪਣੇ ਕੋਲ ਦੁਬਾਰਾ ਬਣ ਕੇ ਆਇਆ ਕਿਉਂਕਿ ਇਹ ਕਿਸੇ ਭੈਣ ਨੇ ਪਹਿਲਾਂ ਆਪਣੇ ਤੋਂ ਲਿਆ ਸੀ, ਸ਼ਾਇਦ ਗੁਰਦਾਸਪੁਰ ਤੋਂ ਸੀ ਭੈਣ, ਅਤੇ ਕਾਫੀ ਡਿਮਾਂਡ 'ਚ ਸੀਗਾ ਅਤੇ ਮੈਂ ਦੁਬਾਰਾ ਇਹ ਸੂਟ ਫਿਰ ਰੈਡੀ ਕਰਵਾਇਆ ਸੀ। ਐਸ ਕੇ ਦੀ ਕੋਟਨ ਹੈ ਜੀ, ਐਸ ਕੇ ਦੀ ਕੋਟਨ ਹੈ, ਬੜਾ ਹੀ ਸੋਹਣਾ ਜਿਹਾ ਵਰਕ ਹੋਇਆ ਪਿਆ, ਆਫ ਵਾਈਟ ਕਲਰ ਹੈ, ਠੀਕ ਹੈ। ਪੈਨਲ ਬਣੇ ਨੇ ਅਤੇ ਵਿੱਚ ਫਲਾਵਰ ਨੇ, ਅਤੇ ਕੋਟਨ ਜਿਹੜੀ ਐਸ ਕੇ ਦੀ ਪ੍ਰੀਮੀਅਮ ਕੋਟਨ, ਉਹਦੀ ਸਟੈਂਪ ਤੁਹਾਨੂੰ ਸਾਈਡ ਤੋਂ ਮਿਲੂਗੀ, ਬਹੁਤ ਫਾਈਨ ਕੋਟਨ, ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ, ਬਿਨਾਂ ਲਾਈਨਿੰਗ ਤੋਂ ਸੂਟ ਬਣੂਗਾ। ਅਤੇ ਲੈਂਥ ਇਹਦੀ ਰਹੂਗੀ ਜੀ 44 ਲੈਂਥ ਰੈਡੀ ਹੋ ਜੂਗੀ ਤੁਹਾਡੀ। ਅਤੇ ਬਾਜੂ 'ਤੇ ਵਰਕ ਦੇਖ ਲਓ, ਇਹ ਹੈਗਾ ਤੁਹਾਡਾ ਬਾਜੂ ਦਾ ਵਰਕ, ਠੀਕ ਹੈ ਜੀ। ਬੀਬੀ ਥੋੜ੍ਹਾ ਨੇੜੇ ਕਰਕੇ ਦਿਖਾ ਦੇਗੀ, ਵੀ ਦੂਰੋਂ ਨਾ ਕਲੀਅਰ ਨਹੀਂ ਹੁੰਦਾ। ਲਓ, ਐਸ ਕੇ ਦੀ ਕੋਟਨ ਹੈ, ਆਫ ਵਾਈਟ ਕਲਰ ਹੈ, ਅਤੇ ਉੱਪਰ ਇਹ ਹੋਇਆ ਵਿਆ ਸੋਹਣਾ ਜਿਹਾ ਵਰਕ। ਅਤੇ ਪ੍ਰਾਈਸ ਇਹਦੀ ਪਹਿਲਾਂ ਵੀ ਆਪਾਂ 1650 'ਚ ਦਿੱਤਾ ਸੀ, ਹੁਣ ਫਿਰ ਇਹਦੀ ਪ੍ਰਾਈਸ ਜਿਹੜੀ ਉਹ ਰਹੂਗੀ 1650, ਠੀਕ ਹੈ ਜੀ। ਸਟੱਫ ਬਹੁਤ ਵਧੀਆ, ਕੋਈ ਸ਼ਿਕਾਇਤ ਨਹੀਂ ਕਿਸੇ ਕਿਸਮ ਦੀ। ਨੈਕਸਟ ਹੈਗਾ ਜੀ ਆਪਣਾ, ਮੈਂ ਇਹਨੂੰ ਸਾਈਡ 'ਤੇ ਹੀ ਕਰਦਾ ਜੀ। ਨੈਕਸਟ ਸੂਟ ਹੈ ਜਿਹੜਾ, ਇਹ ਹੈਗੀ ਆਰਾਮ ਟੈਕਸ ਦੀ ਕੋਟਨ, ਠੀਕ ਹੈ ਜੀ। ਅਤੇ ਵਿੱਚ ਛੋਟਾ ਛੋਟਾ ਵਾਈਟ ਕਲਰ ਦਾ ਸੂਟ ਹੈ, ਵਿੱਚ ਨਾ ਗ੍ਰੇ ਜਿਹਾ ਪ੍ਰਿੰਟ ਹੈ ਇਹਦੇ ਵਿੱਚ, ਥੋੜ੍ਹਾ ਥੋੜ੍ਹਾ ਤੁਹਾਨੂੰ ਨੇੜੇ ਕਰੇ ਤਾਂ ਦਿਖ ਜੂਗਾ, ਠੀਕ ਹੈ। ਅਤੇ ਵਿੱਚ ਬਣੇ ਹੋਏ ਨੇ ਪੈਨਲ ਅਤੇ ਵਿੱਚ ਬੂਟੀ ਆ, ਠੀਕ ਹੈ ਜੀ। ਇਹਦੀ ਲੈਂਥ ਆਪਾਂ ਤੁਹਾਨੂੰ ਆਪ ਕੇ ਦੱਸ ਦਿੰਦੇ ਹਾਂ, ਬੜਾ ਹੀ ਸੋਹਣਾ ਜਿਹਾ ਪ੍ਰਿੰਟ ਹੈ ਅਤੇ ਬੜਾ ਹੀ ਸੋਹਣਾ ਜਿਹਾ ਵਰਕ ਹੈ ਉੱਪਰ। ਇਹਦੀ ਲੈਂਥ ਇਹਦੀ 45 ਹੈ ਜੀ, ਠੀਕ ਹੈ। ਇਹ ਹੋ ਗਿਆ ਇਹਦਾ ਫਰੰਟ, ਬੜੀ ਤੁਹਾਨੂੰ ਪਤਾ ਹੀ ਆਰਾਮ ਟੈਕਸ ਦੀ ਕੋਟਨ, ਇਹਦੇ 'ਚ ਦੱਸਣ ਵਾਲੀ ਕੋਈ ਗੱਲ ਨਹੀਂ ਹੈਗੀ, ਹੈ ਨਾ। ਅਤੇ ਇਹ ਹੈਗਾ ਜੀ ਬਾਜੂ ਦਾ ਵਰਕ, ਇੱਕ ਇੱਕ ਫਲਾਵਰ ਹੈ ਜਿਹੜਾ ਉਹ ਬਾਜੂ 'ਤੇ ਪਿਆ ਹੋਇਆ। ਅਤੇ 2.5 ਮੀਟਰ ਦੀ ਮਿਲੂਗੀ ਸਲਵਾਰ ਤੁਹਾਨੂੰ ਨਾਲ ਇਹਦੇ, ਅਤੇ 2.5 ਮੀਟਰ ਦਾ ਮਿਲੂਗਾ ਤੁਹਾਨੂੰ ਇਹ ਪੀਸ। ਅਤੇ ਪ੍ਰਾਈਸ ਰਹੂਗੀ 1550, 1550 ਦੇ ਵਿੱਚ ਇਹ ਸੋਹਣਾ ਜਿਹਾ ਪੀਸ ਤੁਹਾਡੇ ਘਰ ਪਹੁੰਚ ਜਾਣਾ, ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੇ। ਇਹ ਵੀ ਰਾਮ ਟੈਕਸ ਦੀ ਕੋਟਨ ਹੈ, ਅਤੇ ਸਾਰੇ ਇਹਦੇ ਵਿੱਚ ਬਣੇ ਹੋਏ ਨੇ ਫਲਾਵਰ। ਲਓ ਜੀ, ਬਿਲਕੁਲ ਪਲੇਨ ਨਹੀਂ ਹੈਗੀ, ਵਿੱਚ ਇਹਦੇ ਚੈੱਕ ਚੈੱਕ ਜਿਹਾ ਮਿਲੂਗਾ ਤੁਹਾਨੂੰ, ਠੀਕ ਹੈ।
ਘੇਰਾ ਆਪਾਂ ਨਾਪ ਦਿੰਦੇ ਹਾਂ ਕਿੰਨਾ ਘੇਰਾ ਰੈਡੀ ਹੋ ਜੂਗਾ ਤੁਹਾਡਾ। ਵਰਕ ਹੈ ਜਿਹੜਾ ਐਂਡ ਟੂ ਐਂਡ ਹੋਇਆ ਹੋਇਆ 19 ਤੱਕ ਹੋਇਆ ਅਤੇ ਉਦੋਂ ਬਾਅਦ ਤੁਸੀਂ ਆਪਣਾ ਘੇਰਾ ਜਿਹੜਾ ਉਹ ਵਧਾ ਵੀ ਸਕਦੇ ਹੋ, ਘੇਰਾ ਤੁਸੀਂ ਆਰਾਮ ਨਾਲ 23-24 ਤੱਕ ਲਿਜਾ ਸਕਦੇ ਹੋ। ਕਿੰਨੀ ਲੈਂਥ ਤੱਕ ਫਲਾਵਰ ਬਣੇ ਨੇ ਉਹ ਵੀ ਦੱਸ ਦਿੰਦੀ ਹਾਂ, ਪਰ ਇਹਦੇ 'ਚ ਲੈਂਥ ਦਾ ਕੋਈ ਆਈਡੀਆ ਨਹੀਂ ਹੈਗਾ, 36 ਤੱਕ ਤਾਂ ਵਰਕ ਕੀਤਾ ਹੋਇਆ ਕਿਉਂਕਿ ਇਹ ਹੈਗੇ ਨੇ ਜਿਹੜੇ ਉਹ ਕਮਰ ਤੱਕ ਹੋਏ ਨੇ, ਗਲਾ ਉੱਪਰੋਂ ਨਿਕਲਣਾ ਹੈ, ਠੀਕ ਹੈ ਜੀ। ਸੋ ਵਧੀਆ ਲੈਂਥ ਤੁਹਾਡੀ ਬਣ ਜੂਗੀ, ਦੁਬਾਰਾ ਦੇਖ ਲਓ ਚੰਗੀ ਤਰ੍ਹਾਂ। ਸੋਬਰ ਜਿਹਾ ਹੈਗਾ ਸੂਟ, ਬੜਾ ਹੀ ਸੋਹਣਾ ਲੱਗਦਾ। ਇਹ ਨੈਕਸਟ ਹੈ ਇਹਦੇ ਬਾਜੂ, ਆਹ ਲਓ ਜੀ, ਇਹ ਹੈਗਾ ਇਹਦਾ ਬਾਜੂ ਦਾ ਵਰਕ, ਅਤੇ ਪ੍ਰਾਈਸ ਰੇਂਜ ਰਹੂਗੀ 1550। ਬਹੁਤ ਸੋਹਣੀ ਫਾਈਨ ਜੀ ਕੋਟਨ ਹੈ, ਆਰਾਮ ਨਾਲ ਵਿਸ਼ਵਾਸ ਕਰਕੇ ਲੈ ਸਕਦੇ ਹੋ ਤੁਸੀਂ। ਲਓ ਜੀ ਨੈਕਸਟ, ਇਹ ਵੀ ਰਾਮਟੈਕਸ ਦਾ ਹੀ ਸਟੱਫ ਹੈਗਾ, ਰਾਮਟੈਕਸ ਦੀ ਕੋਟਨ ਹੈ, ਕਲਰ ਬਹੁਤ ਪਿਆਰਾ ਹੈ, ਮਿੱਠਾ ਜਿਹਾ ਪਿੰਕ ਹੈਗਾ ਅਤੇ ਪਲੇਨ ਬਿਲਕੁਲ ਨਹੀਂ ਆ ਸਟੱਫ, ਵਿੱਚ ਵਿੱਚ ਇਹਦੇ ਥੋੜ੍ਹਾ ਥੋੜ੍ਹਾ ਜਿਹਾ ਨਾ ਥੋੜ੍ਹਾ ਥੋੜ੍ਹਾ ਜਿਹਾ ਕੁਛ ਹੈ ਵਿੱਚ, ਹੈ ਨਾ, ਬਿਲਕੁਲ ਪਲੇਨ ਨਹੀਂ ਆ, ਚੱਕ ਚੱਕ ਜਿਹਾ ਬਣਿਆ ਹੋਇਆ। ਅਤੇ ਇਹ ਹੈਗਾ ਜੀ ਇਹਦਾ ਇੱਕ ਪੱਲਾ ਜਿਹੜਾ ਉਹ ਪੂਰਾ ਹੀ ਵਰਕ ਕਰਿਆ ਹੋਇਆ ਕਿਉਂਕਿ ਵਿੱਚੋਂ ਬਾਜੂ ਨਿਕਲੂਗੀ ਸਾਈਡ ਤੋਂ ਅਤੇ ਨਾਲ ਘੇਰਾ ਨਿਕਲੇਗਾ, ਠੀਕ ਹੈ। ਨਾਪਣ ਦੀ ਕੋਈ ਲੋੜ ਨਹੀਂ ਹੈਗੀ, ਪੈਚ ਲੱਗਿਆ ਹੋਇਆ ਨੀਚੇ ਵਾਈਟ, ਅਤੇ ਉਹਦੇ 'ਤੇ ਬਾਜੂ ਕੱਢੋਗੇ ਅਤੇ ਆਪਦਾ ਘੇਰਾ ਨਿਕਲ ਜੂਗਾ ਤੁਹਾਡਾ, ਠੀਕ ਹੈ ਜੀ। ਦੂਜੀ ਬਾਜੂ ਆ ਜਿਹੜੀ ਉਹ ਆ ਸਾਈਡ ਤੋਂ ਨਿਕਲੂਗੀ, ਅਤੇ ਬਹੁਤ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਣਾ। ਇਹਦੇ ਨਾਲ ਤੁਹਾਨੂੰ ਪਿੰਕ ਕਲਰ ਦੀ ਨਾਲ ਦੀ ਹੀ ਸਲਵਾਰ ਮਿਲੂਗੀ, 2.5 ਮੀਟਰ ਦੇ ਦੋਨੋਂ ਪੀਸ ਨੇ, ਠੀਕ ਹੈ ਜੀ। ਅਤੇ ਪ੍ਰਾਈਸ ਰਹੂਗੀ 1550। ਲਓ ਜੀ ਇਹ ਤਾਂ ਸੀਗੇ ਆਪਣੇ ਰਾਮਟੈਕਸ ਦੇ ਐਸ ਕੇ ਦੀ ਕੋਟਨ ਦੇ ਵਰਕ ਵਾਲੇ ਸੂਟ। ਹੁਣ ਮੈਂ ਤੁਹਾਨੂੰ ਦਿਖਾਊਂਗੀ ਦੁਪੱਟਿਆਂ ਵਾਲੇ ਬਿਲਕੁਲ ਪਿਓਰ ਕੋਟਨ ਦੇ ਸੂਟ, ਔਰ ਬੜੇ ਹੀ ਸੋਹਣੇ ਸੂਟ ਨੇ। ਬਿਲਕੁਲ ਪਿਓਰ ਕੋਟਨ ਅਤੇ ਨਾਲ ਥੋੜ੍ਹਾ ਥੋੜ੍ਹਾ ਇਹਦੇ 'ਤੇ ਕੰਪਨੀ ਵੱਲੋਂ ਹੀ ਇੱਦਾਂ ਬਣ ਕੇ ਰੈਡੀ ਹੋਏ ਨੇ, ਆਪਾਂ ਕੋਈ ਇਹਨਾਂ 'ਤੇ ਵਰਕ ਕਰਾਇਆ ਨਹੀਂ ਹੈਗਾ, ਇਹ ਇੱਦਾਂ ਹੀ ਵਰਕ ਹੋ ਕੇ ਆਏ ਨੇ, ਠੀਕ ਹੈ ਜੀ। ਲਓ ਮਹਿੰਦੀ ਜਿਹਾ ਕਲਰ ਹੈ, ਲਓ ਜਿਸ ਤਰ੍ਹਾਂ ਗੰਗਾ ਦੇ ਸੂਟਾਂ ਦਾ ਸਟਾਈਲ ਹੁੰਦਾ ਨਾ, ਉਸ ਤਰ੍ਹਾਂ ਦੇ ਸੂਟਾਂ ਦਾ ਸਟਾਈਲ ਹੈ ਇਹ। ਔਰ ਕੋਟਨ ਮੈਂ ਤੁਹਾਨੂੰ ਫੇਰ ਦੱਸਦਾ, ਬਿਲਕੁਲ ਪਿਓਰ ਕੋਟਨ ਰਹੂਗੀ, ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ, ਜਿੰਨੇ ਵੀ ਆਪਾਂ ਅੱਜ ਸੂਟ ਦਿਖਾਏ ਨੇ ਤੁਹਾਨੂੰ ਲਾਈਨਿੰਗ ਦੀ ਲੋੜ ਬਿਲਕੁਲ ਨਹੀਂ ਹੈਗੀ, ਠੀਕ ਹੈ ਜੀ। ਬਿਲਕੁਲ ਕੋਟਨ ਦੇ ਸੂਟ ਨੇ। ਘੇਰਾ ਫਿਰ ਵੀ ਮੈਂ ਤੁਹਾਨੂੰ ਨਾਪ ਦਿਆਂ ਦਾ, ਕਿਉਂਕਿ ਘੇਰਾ ਇਹਦਾ 23 ਤੱਕ ਹੈਗਾ ਜੀ। ਵੈਸੇ ਇਹਦਾ ਕਿਹੜਾ ਕੋਈ ਵਰਕ ਵੁਰਕ ਵਾਲਾ ਚੱਕਰ ਹੁੰਦਾ, ਬਾਕੀ ਤੁਹਾਡੀ ਮਰਜ਼ੀ ਹੈ, ਤੁਹਾਨੂੰ ਮੈਂ ਦੱਸਦਾ ਇੱਕ ਵਾਰੀ ਨਾਪ ਕੇ। ਬਿਲਕੁਲ ਕੋਟਨ ਰਹੂਗੀ, ਪਿਓਰ ਕੋਟਨ ਰਹੂਗੀ, ਔਰ ਆਪਾਂ ਕੋਈ ਵਰਕ ਇਹਦੇ 'ਤੇ ਕਰਾਇਆ ਨਹੀਂ ਹੈ, ਇਹ ਕੰਪਨੀ ਵੱਲੋਂ ਵਰਕ ਇਸ ਤਰ੍ਹਾਂ ਹੀ ਹੋ ਕੇ ਆਇਆ, ਠੀਕ ਹੈ ਜੀ। ਅਤੇ ਹੋਰ ਇਹਦੇ ਕਿਤੇ ਨਹੀਂ ਹੋਊਗਾ ਕਿਉਂਕਿ ਇਹ ਵਰਕ ਵਾਲੇ ਸੂਟ ਨਹੀਂ ਹੁੰਦੇ, ਠੀਕ ਹੈ ਜੀ। ਅਤੇ ਜਿਸ ਤਰ੍ਹਾਂ SK ਦੀ ਕੋਟਨ ਹੁੰਦੀ ਹੈ ਉਸ ਤਰ੍ਹਾਂ ਦੀ ਕੋਟਨ ਹੈ ਇਹ, ਇਹ ਬਿਲਕੁਲ ਪਲੇਨ ਨਹੀਂ ਹੈ, ਵਿੱਚ ਵਿੱਚ ਆਹ ਦੇਖੋ ਤੁਸੀਂ ਇਹਦੇ ਵਿੱਚ ਤੁਹਾਨੂੰ ਚੈੱਕ ਕੁਛ ਦਿਖ ਰਿਹਾ ਵਿੱਚ ਥੋੜ੍ਹਾ ਥੋੜ੍ਹਾ ਖਾਦੀ ਦੀ ਤਰ੍ਹਾਂ। ਅਤੇ ਨਾਲ ਰਹੂਗਾ ਜੀ ਇਹ ਮਸਲੀਨ ਦਾ ਬਹੁਤ ਪਿਆਰਾ ਜਿਹਾ ਦੁਪੱਟਾ, ਕੰਟਰਾਸਟ ਦੇ ਵਿੱਚ ਦੁਪੱਟੇ ਰਹਿਣਗੇ, ਬਹੁਤ ਪਿਆਰਾ ਦੁਪੱਟਾ ਹੈ, ਬਹੁਤ ਜ਼ਿਆਦਾ ਬਹੁਤ ਸੋਹਣਾ ਦੁਪੱਟਾ ਹੈ, ਖੁੱਲ੍ਹਾ ਚੌੜਾ ਹੈ, ਪੂਰਾ ਸਿਰ 'ਤੇ ਟਿਕਣ ਵਾਲਾ। ਜਿਹੜੇ ਪੱਲੇ ਰਹਿਣਗੇ ਉਹ ਮਹਿੰਦੀ ਰਹਿਣਗੇ ਸੂਟ ਦੇ ਨਾਲ ਦੇ,
ਤੇ ਵਿੱਚੋਂ ਆ ਜਿਹੜਾ ਉਹ ਕੰਟਰਾਸਟ ਰਹੂਗਾ, ਠੀਕ ਹੈ ਜੀ। ਉਹ ਕੰਟਰਾਸਟ ਉਹ ਫਲਾਵਰਸ ਦੇ ਨਾਲ ਦਾ ਰਹੂਗਾ, ਠੀਕ ਹੈ ਜੀ। ਪ੍ਰਾਈਸ ਰਹੂਗੀ 1650, 1650 ਦੇ ਵਿੱਚ। ਇਹ ਬਹੁਤ ਪਿਆਰਾ ਜਿਹਾ ਸੂਟ ਆ ਜਿਹੜਾ ਤੁਹਾਡੇ ਘਰ ਪਹੁੰਚਣਾ, ਸ਼ਿਪਿੰਗ ਚਾਰਜਸ ਕੋਈ ਨਹੀਂ। ਲਓ ਜੀ ਅਗਲਾ ਸੇਮ ਹੀ ਆ, ਬਸ ਕਲਰ ਦਾ ਫਰਕ ਹੈ। ਇੱਕ ਵਾਰੀ ਥੋੜ੍ਹਾ ਜਿਹਾ ਖੋਲ੍ਹ ਕੇ ਤੁਹਾਨੂੰ ਦਿਖਾ ਦਿੰਦੀ ਹਾਂ। ਆ ਲਓ ਜੀ, ਠੀਕ ਹੈ। ਕਲਰ ਬਹੁਤ ਪਿਆਰਾ ਜਿਹਾ, ਸਹੀ ਆ ਰਿਹਾ ਹੁਣ ਕਲਰ। ਔਰ ਇਹ ਰਹੂਗਾ ਉੱਪਰ ਗਲੇ 'ਤੇ, ਅਤੇ ਪੂਰੀ ਸੋਲਿਡ ਕੋਟਨ ਹੈ, ਪੂਰੀ ਸੋਲਿਡ। ਅਤੇ ਅੰਡਰ ਸ਼ਰਟ ਦੀ ਵੀ ਲੋੜ ਨਹੀਂ ਪੈਣੀ, ਕੁਛ ਨਹੀਂ ਦਿਖਦਾ, ਸੀ ਥਰੂ ਬਿਲਕੁਲ ਨਹੀਂ ਹੈਗਾ, ਠੀਕ ਹੈ। ਨਾ ਲਾਈਨਿੰਗ, ਨਾ ਅੰਡਰ ਸ਼ਰਟ, ਕਾਸੇ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ। ਅਤੇ ਨਾਲ ਇਹਦੇ ਕੀ ਹੋ ਗਿਆ, ਇਹ ਰਹੂਗਾ ਜੀ ਦੁਪੱਟਾ, ਉਸੇ ਤਰ੍ਹਾਂ ਹੀ ਫਲਾਵਰ ਨਾਲ ਕੰਟਰਾਸਟ ਰਹੂਗਾ, ਅਤੇ ਪੱਲਿਆਂ ਤੋਂ ਸੂਟ ਨਾਲ ਦਾ ਕੰਟਰਾਸਟ ਰਹੂਗਾ। ਬਹੁਤ ਜ਼ਿਆਦਾ ਸੋਹਣੇ ਦੁਪੱਟੇ ਨੇ ਜੀ, ਲਸ਼ ਲਸ਼ ਕਰਦੇ ਦੁਪੱਟੇ ਆ। ਚੌੜਾਈ ਬਹੁਤ ਜ਼ਿਆਦਾ ਅਤੇ ਲੰਬਾਈ 2.25 ਹੀ ਹੋਊਗੀ, ਐਵੇਂ ਮੈਂ ਤੁਹਾਨੂੰ ਕਹਿ ਦਾਂ ਵੀ 2.5 ਹੋਊਗੀ, 2.5 ਨਹੀਂ ਹੋਣੀ, 2.25 ਪਲੱਸ ਹੋਊਗਾ। ਇੱਕ ਵਾਰੀ ਫਿਰ ਵੀ ਨਾਪ ਲੈਂਦੇ ਆਪਾਂ, ਥੋੜ੍ਹਾ ਜਿਹਾ ਪਤਾ ਲੱਗ ਜਾਊਗਾ। 2.25 ਪਲੱਸ ਹੋਊਗਾ। ਹਾਂਜੀ 45 ਹੈ, 2.25 ਪਲੱਸ ਹੈ, ਬਸ 2.5 ਤੋਂ ਥੋੜ੍ਹੀ ਜੀ, ਮਤਲਬ 3-4 ਇੰਚ ਘੱਟ ਹੋਊਗੀ, ਜੇ 2.5 ਤੱਕ ਹੀ ਪਹੁੰਚੀ ਪਈ ਹੈ। ਜੇ ਇਹਨੂੰ ਆਪਾਂ ਗਜ ਨਾਲ ਮਿਲਣੀ ਹੈ ਤਾਂ ਫਿਰ ਇਹ 2.5 ਹੋਈ ਹੈ, ਠੀਕ ਹੈ ਜੀ। ਪ੍ਰਾਈਸ 1650। ਅਗਲਾ ਜਿਹੜਾ ਸੂਟ ਹੈ ਸੇਮ ਹੈ, ਬਸ ਥੋੜ੍ਹਾ ਜਿਹਾ ਕਲਰ ਫਰਕ ਹੋਊਗਾ, ਥੋੜ੍ਹਾ ਥੋੜ੍ਹਾ ਕਲਰ ਫਰਕ ਪਈ ਜਾਊਗਾ। ਇੱਕ ਮਹਿੰਦੀ ਦੇਖਿਆ ਤੁਸੀਂ, ਇੱਕ ਹੀ ਥੋੜ੍ਹਾ ਜਿਹਾ ਉਹਦੇ ਨਾਲੋਂ ਡਿਫਰੈਂਟ ਜਿਹਾ ਗ੍ਰੀਨ ਆ ਗਿਆ ਸਾਰਾ, ਮੈਨੂੰ ਲੱਗਦਾ ਨਾ ਹੀ ਖੋਲੀਏ, ਸਾਰੀ ਆਪਣੀ ਟਾਹ ਹਿੱਲ ਜਾਂਦੀ ਹੈ ਫਿਰ। ਆ ਲਓ, ਲਓ ਜੀ, ਠੀਕ ਹੈ। ਅਤੇ ਇਹ ਰਹੂਗਾ ਇਹਦਾ ਫਰੰਟ ਨੈੱਕ, ਹੁਣ ਤਾਂ ਖੋਲ੍ਹੀ ਗਿਆ ਅਤੇ ਹੁਣ ਸਾਰੇ ਹੀ ਖੋਲ੍ਹ ਦਿੰਦੀ ਹਾਂ। ਬਹੁਤ ਪਿਆਰਾ ਸੂਟ ਹੈ, ਬਹੁਤ ਜ਼ਿਆਦਾ ਸੋਹਣੇ ਸੂਟ ਨੇ ਜੀ। ਅਤੇ ਕੋਟਨ ਮੈਂ ਤੁਹਾਨੂੰ ਦੁਬਾਰਾ ਦੱਸਦਾ, ਬਿਲਕੁਲ ਪਿਓਰ ਕੋਟਨ, ਔਰ 5 ਮੀਟਰ ਦਾ ਸੂਟ ਰਹੂਗਾ। ਵਿੱਚੋਂ ਰਹੂਗਾ ਇਹ ਫਲਾਵਰ ਦੇ ਨਾਲ ਦਾ, ਔਰ ਪੱਲੇ ਰਹਿਣਗੇ ਸੂਟ ਦੇ ਨਾਲ ਦੇ, ਅਤੇ ਦੁਪੱਟਾ 2.25 ਪਲੱਸ ਮਿਲੂਗਾ ਤੁਹਾਨੂੰ, 2.25 ਤੋਂ ਜ਼ਿਆਦਾ, 2.5 ਤੋਂ ਕੋਈ 2-3 ਇੰਚ ਘੱਟ ਮਿਲੂਗਾ। ਅਤੇ ਖੁੱਲ੍ਹਾ ਡੁੱਲਾ ਦੁਪੱਟਾ, ਚੌੜਾਈ 'ਚ ਬਹੁਤ ਜ਼ਿਆਦਾ, ਠੀਕ ਹੈ ਜੀ। ਦੁਪੱਟਿਆਂ ਦੇ ਪ੍ਰਿੰਟ ਵੀ ਬਹੁਤ ਸੋਹਣੇ ਨੇ, ਪ੍ਰਾਈਸ 1650। ਉਸੇ ਤਰ੍ਹਾਂ ਹੀ ਇੱਕ ਕਲਰ ਹੋ ਰਿਹਾ ਬਸ ਇਹਦੇ 'ਚ, ਚਾਰਾਂ ਦਾ ਸੈੱਟ ਹੈ ਜੀ ਆਪਣੇ ਕੋਲ। ਏ ਕੇ ਟੈਕਸ ਦੇ ਸੂਟ ਨੇ ਜੀ ਇਹ, ਏ ਕੇ ਟੈਕਸ ਪਤਾ ਹੀ ਆ ਤੁਹਾਨੂੰ, ਹੁਣ ਐਸ ਕੇ ਹੋਇਆ, ਏ ਕੇ ਟੈਕਸ ਹੋਇਆ, ਆਰਾਮ ਟੈਕਸ ਹੋਇਆ, ਹੁਣ ਇਹ ਜਿਹੜੇ ਸਾਰੇ ਟੈਕਸ ਨੇ ਉਹ ਵਧੀਆ ਹੀ ਨੇ। ਇਹ ਹੈਗਾ ਮਸਟਰਡ ਕਲਰ, ਠੀਕ ਹੈ ਜੀ। ਬਹੁਤ ਪਿਆਰਾ ਜਿਹਾ ਸੂਟ ਹੈ, ਬਹੁਤ ਹੀ ਜ਼ਿਆਦਾ ਸੋਹਣਾ। ਇੱਕ ਤੋਂ ਇੱਕ ਨੇ ਸਾਰੇ ਕਲਰ, ਕੋਈ ਵੀ ਐਂ ਨਹੀਂ ਕਹਿ ਸਕਦੇ ਕਿ ਇਹ ਕਲਰ ਆ ਜਿਹੜਾ ਇਹ ਸੋਹਣਾ ਨਹੀਂ ਹੈ, ਸਾਰੇ ਕਲਰ ਬਹੁਤ ਸੋਹਣੇ ਨੇ। ਆ ਲਓ ਜੀ, ਬਹੁਤ ਪਿਆਰੇ ਜੀ ਦੁਪੱਟੇ, ਠੀਕ ਹੈ ਜੀ। ਲਓ ਬਹੁਤ ਸੋਹਣੇ ਦੁਪੱਟੇ, ਅਤੇ ਪ੍ਰਾਈਸ ਰੇਂਜ 1650। ਇਸ ਤੋਂ ਘੱਟ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਮਿਲਣੇ ਵੀ ਨਹੀਂ ਹੈਗੇ, ਤੁਹਾਨੂੰ ਬਹੁਤ ਘੱਟ ਪ੍ਰਾਈਸ 'ਤੇ ਅਸੀਂ ਸੂਟ ਜਿਹੜੇ ਉਹ ਦਿੰਦੇ ਹਾਂ। ਲਓ ਜੀ, ਇਹ ਸੀ ਆਪਣੀ ਅੱਜ ਦੀ ਕਲੈਕਸ਼ਨ, ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ, ਲਾਈਕ ਕਰਿਓ, ਕਮੈਂਟ ਕਰਕੇ ਦੱਸਦੇ ਰਹੋ।
ਤੇ ਇੱਕ ਆਪਾਂ ਬੈਸਟ ਕਮੈਂਟਰ ਦਾ ਜਿਹੜਾ ਉਸ ਦਿਨ ਪ੍ਰਾਈਜ਼ ਕੱਢਿਆ ਸੀਗਾ ਕੁਲਵਿੰਦਰ ਗਰੇਵਾਲ ਜੀ, ਉਹਨਾਂ ਨੇ ਅੱਜ ਤੱਕ ਮੇਰੇ ਨਾਲ ਕੰਟੈਕਟ ਨਹੀਂ ਕੀਤਾ। ਪਲੀਜ਼ ਉਹ ਮੇਰੇ ਨਾਲ ਕੰਟੈਕਟ ਕਰ ਲੈਣ ਅਤੇ ਆਪਣਾ ਸੂਟ ਜਿਹੜਾ ਉਹ ਲੈ ਲੈਣ, ਸਕਰੀਨਸ਼ੋਟ ਭੇਜ ਦੇਣ ਆਪਣੀ ਆਈ ਡੀ ਦਾ ਅਤੇ ਸੂਟ ਲੈ ਲੈਣ, ਠੀਕ ਹੈ ਜੀ। ਚਲੋ ਫਿਰ ਮਿਲਦੇ ਹਾਂ ਜੀ ਆਪਾਂ ਕੋਈ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।